ਸਭਨਾ ਕਾ ਮਾਂ ਪਿਓ ਆਵ ਹੈ, ਮਾਂ ਪਿਓ ਆਪ ਹੈ, ਮਾਂ ਪਿਓ ਆਪ ਹੈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ। ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਾਡੇ ਸਾਰਿਆਂ ਦੇ ਮਾਤਾ ਵੀ ਨੇ ਅਤੇ ਪਿਤਾ ਵੀ, ਭੈਣ ਵੀ ਨੇ ਅਤੇ ਭਰਾ ਵੀ ਨੇ। ਜਦੋਂ ਕੋਈ ਵੀ ਦੁੱਖ ਸਾਨੂੰ ਆ ਕੇ ਘੇਰਦਾ ਹੈ, ਅਸੀਂ ਆਪਣੀ ਮਾਂ ਅਤੇ ਆਪਣੇ ਬਾਪੂ ਕੋਲ। ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਅਤੇ ਫਿਰ ਸਤਿਗੁਰੂ ਜੀ ਕੀ ਕਹਿੰਦੇ ਨੇ, ਦੁੱਖ ਭਰ ਹਰ ਸੁੱਖ ਘਰ ਲੈ। ਕਹਿੰਦੇ ਤੂੰ ਦੁੱਖਾਂ ਦੀਆਂ ਪੰਡਾਂ ਲਿਆ, ਇੱਥੇ ਮੇਰੇ ਕੋਲ ਰੱਖ ਜਾ, ਮੇਰੇ ਦਰੋਂ ਘਰੋਂ ਨਾਮ ਦੀ ਦਾਤ ਲੈ ਜਾ, ਅਤੇ ਸਾਰੇ ਸੁੱਖ ਤੇਰੇ ਘਰ ਵਿੱਚ ਆ ਜਾਣਗੇ। ਆਖੋ ਸਤਨਾਮ ਵਾਹਿਗੁਰੂ। ਉਹ ਸਾਡੇ ਸਾਰਿਆਂ ਦੀ ਪ੍ਰਤਿਪਾਲਨਾ ਕਰ, ਸਾਨੂੰ ਆਪਣੇ ਆਪਣੇ ਪਰਿਵਾਰਾਂ ਦਾ ਫਿਕਰ, ਅਤੇ ਉਸ ਨਿਰੰਕਾਰ ਦਾ ਇਹ ਜੋ ਸਾਰਾ ਪਰਿਵਾਰ ਹੈ ਉਹਨੂੰ ਸਾਰਿਆਂ ਦਾ ਫਿਕਰ। ਆਖੋ ਸਤਨਾਮ ਵਾਹਿਗੁਰੂ। 84 ਲੱਖ ਜੂਨਾਂ ਉਹਦੀਆਂ ਦਾਤਾਂ ਲੈ ਕਰਕੇ ਉਹਦਾ ਸ਼ੁਕਰਾਨਾ ਕਰਨਾ, ਆਓ ਆਪਾਂ ਵੀ ਉਹਦਾ ਸ਼ੁਕਰਾਨਾ ਕਰਨਾ। ਸਭਨੇ ਕਾ ਮਾਂ ਪਿਓ ਆਪ ਹੈ, ਆਪੇ ਕਰਿਓ ਕਿਰਪਾ ਸਾਰੇ। ਆਪੇ ਸੇਵਾ ਨਾਇਨ, ਆਪੇ ਬਖਸ਼ ਕਰੇ, ਮਾਂ ਪਿਓ ਆਪ ਹੈ, ਮਾਂ ਪਿਓ ਆਪ ਹੈ, ਮਾਂ ਪਿਓ ਆਪ ਹੈ। ਸਭਨਾ ਕਾ ਮਾਂ ਪਿਓ ਆਪ ਹੈ, ਮਾਂ ਪਿਓ ਆਪ ਹੈ, ਮਾਂ ਪਿਓ ਆਪ ਹੈ। ਨਾਨਕ ਨਾਮ ਧਿਆਨ ਤੇ ਮਨ ਚ ਕਰ ਵਾਸ ਹੈ, ਜੁਗ ਜੁਗ ਸੋਭਾ ਹੋਏ, ਜੁਗ ਜੁਗ ਸੋਭਾ ਹੋਏ। ਸਭਨਾ ਕਾ ਮਾਂ ਪਿਓ ਆਪ ਹੈ, ਆਪ ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਉਹ ਪ੍ਰਤਿਪਾਲਕ
ਹਰ ਜੀ ਮੇਰੀ ਸਾਜ ਕਰੇ ਮਾਂ ਪਿਓ ਆਪ ਹੈ।